ਹਾਂਜੀ ਬੱਚੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਕਸਰਸਾਈਜ਼ 1.3 ਦੇ ਪਹਿਲੇ ਦੋ ਸਵਾਲ ਆਪਾਂ ਕਰ ਲਏ ਸੀ ਹੁਣ 3rd ਕੁਐਸਚਨ ਤੋਂ ਆਪਾਂ ਸਟਾਰਟ ਕਰਨਾ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਤੁਹਾਡਾ ਇੱਕ ਡਾਊਟ ਦਿੱਤਾ ਸੀ ਤੁਹਾਨੂੰ ਕੁਐਸਚਨ ਸੋਲਵ ਕਰਨੀ ਪਹਿਲਾਂ ਉਹਦੇ ਉੱਤੇ ਗੱਲ ਕਰ ਲੈਣੇ ਆ ਅੱਜ ਆਹ ਕੁਐਸਚਨ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਵੇਗਾ ਬੱਚੇ ਤੁਹਾਨੂੰ ਗੱਲ ਕੁਐਸਚਨ ਦਿੱਤਾ ਸੀਗਾ ਦਾ ਡੈਸੀਮਲ ਐਕਸਪੈਂਸ਼ਨ ਆਫ √3 ਇਜ਼ ਡੈਸ਼ ਡੈਸ਼ ਹੁਣ √3 ਬੱਚੇ ਕੀ ਹੁੰਦਾ ਹੈ ਇੱਕ ਬੱਚੇ ਦਾ ਆਨਸਰ ਆਇਆ ਸੀਗਾ ਰੁਕਸਾਰ ਦਾ ਰੁਕਸਾਰ ਇਸ ਬੱਚੇ ਨੇ ਆਨਸਰ ਕੀਤਾ ਸੀਗਾ ਇਸ ਕੁਐਸਚਨ ਦਾ ਦਾ ਡੈਸੀਮਲ ਐਕਸਪੈਂਸ਼ਨ ਆਫ √3 ਹੁਣ ਬੱਚੇ ਜਿਹੜਾ √3 ਹੁੰਦਾ √3 ਕੀ ਹੁੰਦਾ ਇਰੈਸ਼ਨਲ ਨੰਬਰ ਹੁੰਦਾ ਇਰੈਸ਼ਨਲ ਨੰਬਰ ਠੀਕ ਹੈ ਬੱਚੇ ਹੁਣ ਆਪਾਂ ਜਾਣਦੇ ਆ ਇਰੈਸ਼ਨਲ ਨੰਬਰ ਕਰ ਤੁਹਾਨੂੰ ਮੈਂ ਪੜਾਇਆ ਸੀਗਾ ਇਰੈਸ਼ਨਲ ਨੰਬਰ ਦਾ ਜੋ ਡੈਸੀਮਲ ਐਕਸਪੈਂਸ਼ਨ ਹੁੰਦਾ ਉਹ ਕੀ ਹੁੰਦਾ ਨਾਨ ਟਰਮੀਨੇਟਿੰਗ ਐਂਡ ਨਾਨ ਰਿਕਰਿੰਗ ਨਾਨ ਟਰਮੀਨੇਟਿੰਗ ਹੁੰਦਾ ਤੇ ਨਾਲ ਕੀ ਹੁੰਦਾ ਨਾਨ ਰਿਕਰਿੰਗ ਹੁੰਦਾ ਤਾਂ ਇਹਦਾ ਕਰੈਕਟ ਆਨਸਰ ਬਣਨਾ ਸੀਗਾ ਨਾਨ ਟਰਮੀਨੇਟਿੰਗ ਐਂਡ ਨਾਨ ਰਿਕਰਿੰਗ ਠੀਕ ਹੈ ਬੱਚੇ ਕੱਲਦੇ ਆਪਾਂ ਆਪਣੀ ਕੁਐਸਚਨ ਦੇ ਵੱਲ ਹਾਂਜੀ ਐਕਸਰਸਾਈਜ਼ 1.3 ਹੁਣ ਕਰਨ ਲੱਗੇ ਆਪਾਂ ਸਟਾਰਟ ਫਸਟ ਕੁਐਸਚਨ ਸਾਡੇ ਕੋਲ ਹੈਗਾ ਐਕਸਪ੍ਰੈਸ ਦਾ ਫਾਲੋਇੰਗ ਇਨ ਦਾ ਫਾਰਮ ਆਫ ਪੀ ਅਪਨ ਕਿਊ ਫਾਰਮ ਇਹਨੂੰ ਪੀ ਅਪਨ ਕਿਊ ਦੀ ਫਾਰਮ ਦੇ ਵਿੱਚ ਆਪਾਂ ਕੀ ਕਰਨਾ ਰਿਪਰੈਜ਼ੈਂਟੇਸ਼ਨ ਕਰਨੀ ਹੈ ਜੀ ਠੀਕ ਹੈ ਬੱਚੇ ਕੱਲ ਜਦੋਂ ਆਪਾਂ ਬੇਸਿਕ ਕਰ ਰਹੇ ਸੀਗੇ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਈ ਸੀਗੀ ਹਾਂ ਆ ਦੇਖੋ ਜੀ ਕਿ ਜਿਹੜਾ ਸਾਡੇ ਕੋਲ ਰੈਸ਼ੀਨਲ ਨੰਬਰ ਹੁੰਦਾ ਹੈ ਆ ਨੋਨ ਟਰਮੀਨੇਟਿੰਗ ਵਾਲਾ ਇਸ ਚੀਜ਼ ਨੂੰ ਜਿਹੜਾ ਗੌਰ ਨਾਲ ਦੇਖਿਓ 10 3 ਸੀਗਾ ਜਿਹੜਾ ਡਿਵਾਈਡ ਕੀਤਾ ਸੀ ਕਿੰਨਾ ਆਇਆ ਸੀ 3.33 ਜਿਹੜੀ ਨੋਨ ਟਰਮੀਨੇਟਿੰਗ ਰਿਕਰਿੰਗ ਡੈਸਮਲ ਐਕਸਪੈਂਸ਼ਨ ਸੀਗੀ ਹੁਣ ਸਾਨੂੰ ਇਸ ਤਰੀਕੇ ਦਾ ਕੁਸ਼ਚਨ ਦਿੱਤਾ ਹੋਊਗਾ 3.3 ਬਾਰ ਯਾਨੀ ਨੰਬਰ ਰਿਪੀਟਿਸ਼ਨ ਦੀ ਫਾਰਮ ਦੇ ਵਿੱਚ ਹੈ ਉਹਦੂ ਪੀ ਕਿਓ ਦੀ ਫਾਰਮ ਕਿਆ ਹੋਏਗੀ ਉਹ ਆਪਾਂ ਲੱਭਣੀ ਹੋਏਗੀ ਹੈਨਾ ਜਿਵੇਂ ਫਸਟ ਕੁਸ਼ਚਨ ਹੁਣ ਤੁਸੀਂ ਦੇਖਿਆ ਫਸਟ ਕੁਸ਼ਚਨ ਕੀ ਲਿਖਿਆ ਆ 0.6 ਦੇ ਉੱਪਰ ਬਾਹਰ ਦਿੱਤੀ ਹੋਈ ਹੈ ਹੁਣ ਇਹਨੂੰ ਪ/ਕ ਉਹ ਦੀ ਫਾਰਮ ਚ ਰਿਪਰੈਜ਼ੈਂਟ ਕਰਨਾ ਹੈ ਹੁਣ ਜਿਹੜੇ ਪ੍ਰੋਸੈਸ ਜੋ ਸਟੈਪਸ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਉਸ ਤੇ ਧਿਆਨ ਨਾਲ ਉਹਨੂੰ ਫਾਲੋ ਕਰਨਾ ਧਿਆਨ ਨਾਲ ਸੁਣਨਾ ਠੀਕ ਹੈ ਸੋਲੂਸ਼ਨ ਬੱਚੇंनो 0.6 ਦਾ ਮਤਲਬ ਕੀ ਹੈ ਇਸ 0.6 ਨੂੰ ਮੈਂ x ਤੇ ਇਕੁਅਲ ਲੱਗ ਲਿਆ x 0.6 ਬਾਰ ਠੀਕ ਹੈ ਕਿ ਇੱਕ ਨੰਬਰ ਮੰਨ ਲਿਆ x ਦੇ ਬਰਾਬਰ ਕੀ ਹੈ 0.6 ਬਾਰ ਹੁਣ 0.6 6 ਬਾਰ ਦਾ ਮਤਲਬ ਕੀ ਹੁੰਦਾ ਕੱਲ ਤੁਹਾਨੂੰ ਮੈਂ ਸਮਝਾਇਆ ਸੀਗਾ ਬਾਹਰ ਦਾ ਮਤਲਬ ਹੁੰਦਾ ਕਿ ਆ ਜਿਹੜਾ ਇੱਕ ਨੰਬਰ ਹੈ 6 ਇਹ ਕੀ ਹੋ ਰਿਹਾ ਹੋਗਾ ਵਾਰ-ਵਾਰ ਰਿਪੀਟੇਸ਼ਨ ਦੇ ਵਿੱਚ ਹੋਊਗਾ ਠੀਕ ਹੈ ਠੀਕ ਹੈ ਹੁਣ ਆ ਨੰਬਰ ਅਗਰ ਰਿਪੀਟ ਹੋ ਰਿਹਾ ਨੋਨ ਟਰਮੀਨੇਟਿੰਗ ਤਾਂ ਇੱਕ ਰੈਸ਼ੀਨਲ ਦੀ ਫਾਰਮ ਹੈ ਹੁਣ ਇਹਦੀ ਪੀ अपॉन ਕਿਉ ਦੀ ਫਾਰਮ ਆਪਾਂ ਲੱਭਣੀ ਹੈ ਕਿ अपॉन ਦੀ ਫਾਰਮ ਚ ਕਿਸ ਨੰਬਰ ਨੂੰ ਡਿਵਾਈਡ ਕਰ ਦਿੱਤੇ 0.66 ਆਇਆ ਹੋਗਾ ਹੁਣ ਇਹ ਚੀਜ਼ ਦੇਖੋ ਬੱਚੇ ਪੁਆਇੰਟ ਵਰ ਕਿੰਨੇ ਨੰਬਰ ਰਿਪੀਟ ਕਰ ਰਹੇ ਨੇ ਜਸਟ 1 ਨੰਬਰ ਇੱਕੋ ਹੀ ਨੰਬਰ ਹੈ ਜੋ ਰਿਪੀਟ ਕਰ ਰਿਹਾ ਜਦੋਂ ਇਦਾਂ ਦੀ ਚੀਜ਼ ਹੋਵੇ ਜਸਟ 1 ਹੀ ਨੰਬਰ ਆ ਰਿਹਾ ਹੋਵੇ ਤਾਂ ਹਮੇਸ਼ਾ ਜਿਹੜੀ ਆ ਇਕੁਏਸ਼ਨ ਹੋ ਗਈ ਇਹਨੂੰ ਫਸਟ ਇਕੁਏਸ਼ਨ ਬਣਾਂਗੇ ਮਲਟੀਪਲਾਈ ਕਰਾਣਾ ਤੁਸੀਂ ਹਮੇਸ਼ਾ ਮਲਟੀਪਲਾਈ ਇਕੁਏਸ਼ਨ 1 ਬਾਈ ਜਦੋਂ ਇੱਕ ਡਿਜੀਟ ਰਿਪੀਟ ਹੋ ਰਿਹਾ ਤਾਂ 10 ਨਾਲ ਅਗਰ ਮੰਨ ਲਓ 2 ਦੇ 2 ਰਿਪੀਟ ਹੁੰਦੇ ਨੇ ਫਿਲਹਾਲ ਇਹ ਬਾਰੇ ਜਿਵੇਂ ਗੱਲ ਨਹੀਂ ਕਰ ਰਹੇ ਹਾਂ ਅਗਰ ਇਸ ਤਰੀਕੇ ਨਾਲ ਖਨਾ ਹੋ ਗਿਆ ਪੂਰੀ ਬਾਰ ਹੁੰਦੀ ਦੋਨਾਂ ਤੇ ਬਾਰ ਹੁੰਦੀ ਤਾਂ ਆਪਾਂ ਕਿਹਦੇ ਨਾਲ ਮਲਟੀਪਲਾਈ ਕਰ ਰਹੇ ਹੁੰਦੇ 100 ਨਾਲ ਜਿਵੇਂ ਇੱਥੇ ਤਿੰਨਾਂ ਦੇ ਉੱਤੇ ਬਾਰ ਆ ਤਾਂ ਕਿਹਦੇ ਨਾਲ ਮਲਟੀਪਲਾਈ ਕਰ ਰਹੇ ਹੁੰਦੇ 1000 ਦੇ ਨਾਲ ਜਿਵੇਂ ਇੱਥੇ ਆਪਾਂ ਇੱਕ ਦੇ ਉੱਤੇ ਬਾਰ ਸੀ ਠੀਕ ਹੈ ਸਿਰਫ 6 ਦੇ ਉੱਪਰ ਤਾਂ ਕਿਹਦੇ ਨਾਲ ਮਲਟੀਪਲਾਈ ਕਰਾਣੋਗੇ ਹੈ 10 ਨਾਲ ਜੇ ਦੋ ਦੇ ਉੱਤੇ ਪੂਰੀ ਤੇ ਉੱਤੇ ਬਾਰ ਹੁੰਦੀ ਤਾਂ 100 ਨਾਲ ਸਿੰਗਲ ਬਾਰ ਵਾਲਾ ਵੀ ਮੈਂ ਸਮਝਾਉਂਗਾ ਟ ਪੁਰਾਪਰ ਜਿਹਨਾਂ ਪ੍ਰੋਪਰ ਬਾਰ ਹੋਵੇ ਉਹਦੇ ਬਾਰੇ ਗੱਲ ਕਰ ਰਹੇ ਹਾਂ ਮੈਂ ਇੱਕ ਤੇ 10 ਨਾਲ ਦੋ ਦੇ ਉੱਪਰ 100 ਨਾਲ ਤੇ ਤਿੰਨ ਦੇ ਉੱਪਰ ਕਿੰਨਾ ਨਾਲ ਹਜ਼ਾਰ ਨਾਲ ਹੋਪ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਗੀ ਪਹਿਲਾਂ ਗੱਲ ਕਰਦੇ ਹਾਂ ਠੀਕ ਹੈ ਹੁਣ 10 ਨਾਲ ਮਲਟੀਪਲਾਈ ਕਰਾਉਂਗੇ ਇੱਥੇ ਕਿੰਨਾ ਆ ਜਾਏਗਾ 10x ਆ ਜਾਏਗਾ ਇਹਨੂੰ 10 ਨਾਲ ਮਲਟੀਪਲਾਈ ਕਰਾਉਂਗੇ 10 0.6666 6. a ਜਾਏਗਾ ਕਿੰਨਾ ਆ ਜਾਏਗਾ 10x ਹੁਣ 10 ਨਾਲ ਮਲਟੀਪਲਾਈ ਕਰਾਉਂਗੇ ਤੁਸੀਂ ਜਾਣਦੇ ਹੋ ਪੁਆਇੰਟ ਕਿ ਇੱਕ ਡਿਜੀਟ ਅੱਗੇ ਸ਼ਿਫਟ ਹੋ ਜਾਏਗਾ ਆ ਪੁਆਇੰਟ ਨਾਲ ਮਲਟੀਪਲਾਈ ਕਰਾਤੇ 10 ਕਿਉਂਕਿ ਇੱਕ ਇਹਨੂੰ ਆਪਾਂ ਆਪਣਾ ਅਲਾ ਇਕੁਏਸ਼ਨ ਨੰਬਰ 2 ਅੱਜ ਤੱਕ ਬੱਚੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਵੇਗੀ ਇਸ ਤੋਂ ਬਾਅਦ ਸਟੈਪ ਕੀ ਹੋਏਗਾ ਸੈਕਿੰਡ ਇਕੁਏਸ਼ਨ ਦੇ ਵਿੱਚੋਂ ਸਬਟ੍ਰੈਕਟ ਕਰਨਾ ਸੈਕਿੰਡ ਇਕੁਏਸ਼ਨ ਦੇ ਵਿੱਚੋਂ ਫਸਟ ਨੂੰ ਸੈਕਿੰਡ ਦੇ ਵਿੱਚੋਂ ਫਸਟ ਇਕੁਏਸ਼ਨ ਆਪਾਂ ਕੀ ਕਰ ਦੇਣੀ ਹੈ ਮਾਈਨਸ ਕਰ ਦੇਣੀ ਹੈ ਲੈਫਟ ਦੇ ਵਿੱਚੋਂ ਲੈਫਟ ਮਾਈਨਸ ਹੋਏਗੀ ਯਾਨੀ ਕਿ ਨਾ ਆ ਜਾਏਗਾ 10x ਮਾਈਨਸ ਦੇ ਵਿੱਚ ਕਿੰਨਾ 9x ਠੀਕ ਹੈ ਬੱਚੇ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਗਾ ਜਸਟ ਵਨ ਸੈਕਿੰਡ 10x ਨਾ ਜਸਟ ਇਨਾ ਫਿਰ 10x x ਫਸਟ ਇਕੁਏਸ਼ਨ ਕਿੰਨਾ ਸੀ सिक्स पॉइंट सिक्स 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 डॉट 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 डॉ डॉट करना आपका क्या जीरो पॉइंट सिक्स 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 डॉट 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 हूँ टेन एक्स के बच्चों बचे माइनस करोगे एक्सन किएगा तो नाइन एक्स बचेगा सिक्स पॉइंट सिक्स सिक्स के माइनस करोगे देखो पॉइंट तो बाद सिक्स सिक्स ने पॉइंट तो बाद नंबर तो सारी माइनस हो जाएंगे जिस बचेगा कि सिक्स यानी साढ़े कोई इक्वेसन बन जाएगी बचेगी नाइन एक्स इजिकल टू सिक्स इतना एक्स की वैल्यू सी कि आ जाएगी सिक्स अपॉन नाइन कटिंग करोगे किएगा टू अपॉन थ्री तो जीरो पॉइंट सिक्स सिक्स की जो p/q ਦੀ ਫਾਰਮ ਹੋਏਗੀ ਉਹ ਸਾਡੇ ਕੋਲ ਕਿੰਨੀ ਹੋਏਗੀ 2/3 ਆਹੀ ਸਾਡਾ ਆਨਸਰ ਹੈ ਜੋ ਆਪਾਂ ਫਾਈਂਡ ਕਰਨਾ ਸੀ ਠੀਕ ਹੈ xc ਨੂੰ 0.63 ਬੰਨਾ ਸੀ x ਦੀ ਵੈਲਿਊ ਕਿੰਨੀ p/q ਦੀ ਫਾਰਮ ਦੀ ਸੋਲਵ ਕਰ ਲਈ 2/3 ਇੱਕ ਰਿਪਰ ਵਾਰ ਸੀ 10 ਨਾਲ ਮਲਟੀਪਲਾਈ ਕਰਾਣਾ ਹੈ ਤੁਹਾਡਾ ਆਨਸਰ ਦੇਖੋ ਹੁਣ ਤੁਹਨੇ ਨਹੀਂ ਗੱਲ ਬਿਲਕੁਲ ਕਲੀਅਰ ਹੋ ਗਈ ਹੋਗੀ ਨੰਨਾ ਬੱਚੇ ਠੀਕ ਹੈ ਇਸ ਤੋਂ ਬਾਅਦ ਸੈਕੰਡ ਕੁਐਸਚਨ ਹੈਗਾ ਸਾਡੇ ਕੋਲ 0.47 ਦੇ ਉੱਪਰ ਵਾਰ ਹੁਣ ਇਹ ਤੁਹਾਡੇ ਲਈ ਹੋਮਵਰਕ ਦਾ ਕੁਐਸਚਨ ਰਹੇਗਾ 0.47 ਇਹਦੇ ਤੋਂ ਦੋਨਾਂ ਤੇ ਵਾਰ ਹੋਊਗਾ ਉਸ ਕੇਸ ਦੇ ਵਿੱਚ ਕੀ ਆਨਸਰ ਹੋਊਗਾ ਜਦੋਂ ਸਭ ਨੂੰ x ਮੰਨ ਲਈ ਹੋਵਾਂਗੇ ਠੀਕ ਆ ਕਿੰਨਾ ਮਲਟੀਪਲਾਈ ਕਰਾਣਾ ਹੋਊਗਾ 100 ਨਾਲ ਮਲਟੀਪਲਾਈ ਕਰਾਣਾ ਹੋਊਗਾ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਸਾਰੇ ਜਣੇ ਮੈਂਸ਼ਨ ਕਰਕੇ ਜਾਣਾ ਕਿਉਂਕਿ ਲਾਲ ਮੈਂ ਇਸ ਕੁਐਸਚਨ ਦੇ ਬਾਰੇ ਗੱਲ ਲੈ ਰਿਹਾ ਜਿਹਦੇ ਉੱਤੇ ਇੱਕ ਦੇ ਉੱਤੇ ਬਾਰ ਹੈ ਇੱਕ ਦੇ ਤਿਤਵਾਰ ਨਹੀਂ ਹੈ ਇਸ ਕੁਐਸਚਨ ਨੂੰ ਆਪਾਂ ਕਿਵੇਂ ਟੈਕਲ ਕਰਨਾ ਤੇ ਕਿਵੇਂ ਸੋਲਵ ਕਰਨਾ ਸੇਮ x ਨੂੰ ਮੰਨਿਆ ਕਿ 0.47 ਹੁਣ ਦੇਖੋ 7 ਦੇ ਉੱਤੇ ਬਾਰ ਚਲੋ ਸਟਾਰਟ ਕਰਦੇ ਆ x 0.4 ਹੁਣ 7 ਦੇ ਉੱਤੇ ਬਾਰ ਹੈ ਇਹਦਾ ਮਤਲਬ 4 ਰਿਪੀਟੇਸ਼ਨ ਦੇ ਵਿੱਚ ਨਹੀਂ ਹੈ ਸਿਰਫ ਕੀ ਰਿਪੀਟੇਸ਼ਨ ਦੇ ਵਿੱਚ ਹੈ 7 ਰਿਪੀਟੇਸ਼ਨ ਦਾ 77 x 2 ਦੋਨੋਂ ਨੰਬਰ ਰਿਪੀਟੇਸ਼ਨ ਦੇ ਵਿੱਚ ਹੈ ਯਾਨੀ ਇਹ ਚੱਲੂਗਾ 0.47 47 47 hope ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਵੇ ਤੇ ਜਦੋਂ ਦੋਨੋਂ ਦੇ ਉੱਤੇ ਬਾਰ ਹੋਗਾ ਦਾ ਮਤਲਬ ਦੋਨੋਂ ਨੰਬਰ ਰਿਪੀਟ ਹੋ ਰਿਹਾ 47 47 47 ਜਦੋਂ ਇੱਕ ਦੇ ਉੱਤੇ ਬਾਰ ਆ 4 ਤਾਂ ਐਜ਼ ਇਟ ਇਜ਼ ਆਊਗਾ 7 ਕੀ ਹੋਊਗਾ ਰਿਪੀਟੇਸ਼ਨ ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਡਾਊਟ ਮੈਨੂੰ ਲੱਗਦਾ ਕਲੀਅਰ ਹੋ ਗਿਆ ਹੋਊਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਤੁਸੀਂ ਦਾ 11 ਨਾਲ ਮਲਟੀਪਲਾਈ ਕਰਾ ਕੇ ਦੂਜੀ ਤੋਂ ਪਹਿਲੀ ਮਾਈਨਸ ਕਰਦੋਗੇ ਪਰ ਇਹਦੇ ਵਿੱਚ ਕੀ ਸਟੈਪ ਹੋਏਗਾ ਹੁਣ ਇੱਕ ਚੀਜ਼ ਦੇਖੋ ਪੁਆਇੰਟ ਤੋਂ ਬਾਅਦ ਇੱਕ ਨੰਬਰ ਇਹੋ ਜਿਹੇ ਦੇ ਉ ਹਣਾ ਆ ਦੇਖੋ ਜਦੋਂ ਜਸ ਸਾਡੇ ਕੋਲ ਕੀ ਹੁੰਦਾ ਇੱਕ ਨੰਬਰ ਦੇ ਉੱਤੇ ਬਾਹਰ ਹੁੰਦੀ ਹੈ ਜਿਵੇਂ ਆ ਤੁਸੀਂ 6 ਵਾਲਾ ਦੇਖ ਰਹੇ ਹੋਵੋਗੇ ਮੈਂ 0.6 ਨੂੰ ਦੇਖੋ ਤਾਂ ਆ ਕਿਦਾਂ ਮਲਟੀਪਲਾਈ ਕਰਦੇ ਹਾਂ 10 ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਦੇਖੋ ਇੱਕ ਨੰਬਰ ਦੇ ਉੱਤੇ ਬਾਹਰ ਨਹੀਂ ਹੈ ਤਾਂ ਉਹ ਸੇਮ ਇਸਟੈਪ ਇੱਥੇ ਵੀ ਆਪਾਂ ਨੂੰ ਫੋਲੋ ਕਰਨਾ ਹੈ ਪਹਿਲਾਂ ਨੂੰ ਕਿਦਾਂ ਮਲਟੀਪਲਾਈ ਕਰਾਣਾ 10 ਨਾਲ ਉਹੀ ਚੀਜ਼ ਦਾ ਆਹੀ ਚੀਜ਼ ਵਿੱਚ ਫਰਕ ਹੈ ਆਹ ਇਕੁਏਸ਼ਨ 1 ਸੀਗੀ ਮਲਟੀਪਲਾਈ ਬਾਏ 10 ऑन बोत साइड ये सिर्फ ने देख किया क्योंकि इतने बार हाली नहीं, तो देख़़़़़़ देख़़़़। नहीं है ठीक है जी टेन मल्टपलाई करा कि ना जाएगा टैन एक्स आ जाएगा टैन इंटू एक्स 10x एक्स 10 टेना मट्टीप्लाई कराओगे पॉइंट जस्ट की हो जाएगा एक्डेट आगे चल जाएगा फोर पॉइंट सेवन सैवन सवन सवेन सवेन लेकिन हाई अपने इतने कम खत्म हो नहीं है ठीक है ना क्योंकि फोर सैवन तक जाना पता फोर तक देखिए हूँ क्योंकि इतने फोर सैवन के उत्तर बार है तो दूजे नंबर पर जाकर बहार आ रही है तो पहली इक्वेन मल्टीप्लाई इक्वेन वन equation 1/100 ਜਿਹਦੇ ਉੱਤੇ ਬਾਹਰ ਨਹੀਂ ਸੀ ਇੱਕ ਦੇ ਉੱਤੇ ਬਾਹਰ ਨਹੀਂ ਸੀ ਤਾਂ ਪੇਤਲਾ ਕਿਹਦੇ ਨਾਲ ਮਲਟੀਪਲਾਈ ਕਰਾਇਆ 10 ਨਾਲ ਆ ਇਕੁਏਸ਼ਨ ਬਣ ਗਈ ਹੁਣ ਜਦੋਂ ਦੂਸਰੇ ਨੰਬਰ ਦੇ ਉੱਤੇ ਬਾਹਰ ਆ ਰਹੀ ਹੈ ਤਾਂ ਯਾਨੀ ਦੋ ਨੰਬਰਾਂ ਤੋਂ ਬਾਅਦ ਜਾ ਕੇ ਬਾਹਰ ਆ ਰਹੀ ਹੈ ਦੂਸਰੇ ਨੰਬਰ ਦੇ ਬਾਹਰ ਆ ਰਹੀ ਹੈ ਤਾਂ ਹਮ ਪਹਿਲੇ ਨੂੰ ਕਿਹਦੇ ਨਾਲ ਮਲਟੀਪਲਾਈ ਕਰਾਣਾ ਪਊਗਾ 100 ਨਾਲ ਜਦੋਂ ਤੁਸੀਂ ਨੂੰ 100 ਨਾਲ ਮਲਟੀਪਲਾਈ ਕਰਾਉਂਗੇ ਕਿੰਨਾ ਦੇਗਾ 100x ਤਾਂ 100 ਮਲਟੀਪਲਾਈ ਵਾਈ 0.47777... ਸੌਲ ਕਰਾਂਗੇ ਕਿੰਨਾ ਦੇਗਾ 100x 100 ਨੂੰ ਮਲਟੀਪਲਾਈ ਕਰਾਉਂਗੇ ਪੁਆਇੰਟ ਦੋ ਡਿਜੀਟ ਅਗੇ ਸ਼ਿਫਟ ਹੋ ਜਾਏ ਯ ਬਾਰ दैट इज इक्वेशन ਨੰਬਰ 3 ਬਸ ਇਸ ਚੀਜ਼ ਤਾਂ ਰੱਖਣਾ ਤੇ ਤਿੰਨ ਇਕੁਏਸ਼ਨ ਬਣ ਗਈਆਂ ਹੁਣ ਇਹਦੇ ਵਿੱਚ ਬਸ ਤੀਸਰੀ ਦੇ ਵਿੱਚੋਂ ਦੂਸਰੀ ਸਾਨੂੰ ਮਾਈਨਸ ਕਰਨੀ ਹੋਗੀ ਯਾਨੀ ਜਿਹਦੇ ਉੱਤੇ ਬਾਰ ਸੀਗਾ 7 ਤੱਕ ਵਾਲੇ ਤੋਂ ਉਹਦੇ ਵਿੱਚੋਂ ਆਪਾਂ ਕਿਹੜੀ ਮਾਈਨਸ ਕਰਨੀ ਹੈ ਸੈਕੰਡ ਵਾਲੀ ਹੁਣ ਫਸਟ ਨਾਲ ਸਾਡਾ ਕੋਈ ਲੈਣ ਦੇ ਨਹੀਂ ਹੈ ਥਰਡ ਦੇ ਵਿੱਚੋਂ ਸੈਕੰਡ ਨੂੰ ਮਾਈਨਸ ਕਰੋਂਗੇ ਤਾਂ ਕਿ ਨਾ ਜਾਏਗਾ 100x ਮਾਈਨਸ ਵਿੱਚ ਕਿ ਨਾ ਜਾਏਗਾ ਉੱਛੇ 10x ਆ ਜਾਏਗਾ ਐਥੋ ਕਿ ਨਾ ਜਾਏਗਾ 47.77777 4.777 ਬਾਰ ਬਾਰ 100x ਦੇ ਵਿੱਚੋਂ ਮਾਈਨਸ ਕਰੋਗੇ ਬੱਚੇ ਇਥੇ 100x ਦੇ ਵਿੱਚੋਂ 10x ਮਾਈਨਸ ਕਰੋਂਗੇ ਕਿੰਨਾ ਆ ਜਾਏਗਾ 90x ਆ ਜਾਏਗਾ ਇਕੁਅਲ ਟੂ 47.77 ਦੇ ਵਿੱਚੋਂ ਮਾਈਨਸ ਕਰੋਂਗੇ ਆ 77 ਦਾ ਮਾਈਨਸ ਕਰਨਗੇ ਯਾਨੀ 47 ਦੇ ਵਿੱਚੋਂ ਜਸ 4 ਮਾਈਨਸ ਹੋਏਗਾ ਕਿੰਨਾ ਬਚੇਗਾ 43 ਬਚੇਗਾ ਤਾਂ x ਦੀ ਵੈਲਿਊ ਇੱਥੇ ਸਾਡੇ ਕੋਲ ਕਿੰਨੀ ਆਏਗੀ 43/90 ਜੋ ਕਿ ਇਸ ਕੁਐਸਚਨ ਦਾ ਬਿਲਕੁਲ ਐਗਜ਼ੈਕਟ ਤੇ ਬਿਲਕੁਲ ਕਰੈਕਟ ਆਨਸਰ ਬਣਦਾ ਹੋਏਗਾ ਆਈ ਹੋਪ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਗੀ ਹੁਣ ਆਲਾ ਜਿਹੜਾ ਕੁਐਸਚਨ ਹੈ 2 ਦੇ ਉੱਤੇ 12 ਹੈ ਇੱਥੇ ਤੁਸੀਂ ਸਿਰਫ 100 ਮਲਟੀਪਲਾਈ ਕਰਾਉਗੇ ਤੇ 47. 47.47 uh, 47 ਤਿਲਣਾ ਰਹਿਣਾ ਇਹਦੇ ਵਿੱਚੋਂ 100 ਜੋ ਮਾਈਨਸ ਕਰਾਂਗੇ ਕਿੰਨਾ ਜੀਗਾ 99 ਐਕਸ ਆ ਜਾਏਗਾ 47 ਦੇ ਵਿੱਚੋਂ ਮਾਈਨਸ ਕਰੂੰਗਾ ਤਾਂ ਇੱਥੇ 47 ਬਚੇਗਾ ਇੱਥੇ ਐਕਸ ਦੀ ਵੈਲਿਊ ਕਿੰਨੀ ਆ ਜੀਗੀ 47 99 ਜਦੋਂ ਦੋਨਾਂ ਦੇ ਉੱਤੇ ਬਾਹਰ ਹੋਏਗਾ ਤਾਂ ਆ ਇਹਦਾ ਕਨੈਕਟ ਹੋਏਗਾ ਜਦੋਂ ਇੱਕ ਦੇ ਉੱਤੇ ਬਾਹਰ ਹੋਏਗਾ ਤਾਂ ਆਹ ਸਟੈਪ ਆਪਾਂ ਫਾਲੋ ਕਰਨ ਨੇ ਵੀਡੀਓ ਨੂੰ ਅਗਰ ਕੋਈ ਸਟੈਪ ਦੇ ਵਿੱਚ ਡਾਊਟ ਹੋਊਗਾ ਵੀਡੀਓ ਨੂੰ ਬੈਕ ਕਰਕੇ ਦੁਬਾਰਾ ਸੁਣਨ ਦੀ ਕੋਸ਼ਿਸ਼ ਕਰਨਾ ਫਿਰ ਵੀ ਕੋਈ ਡਾਊਟ ਰਹਿ ਜਾਂਦਾ ਹੁੰਦਾ ਕਮੈਂਟ ਦੇ ਵਿੱਚ ਤੁਸੀਂ ਮੈਂਸ਼ਨ ਕਰ ਦੇਣਾ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਐਕਸਪਲੇਨ ਦੁਆਰਾ ਕਰ ਦਵ ਚਲੋ ਉਹਨਾਂ ਥਰਡਾ ਕੁਐਸਚਨ ਹੈ ਠੀਕ ਹੈ ਇਹਨੂੰ ਟਰਾਈ ਕਰਨਾ ਮੈਂ ਤੁਹਾਨੂੰ ਇਹਦਾ ਆਨਸਰ ਇੱਕ ਵਾਰ ਦਿਖਾ ਦਿੰਨਾ ਜਸਟ ਵੇਟ ਹਾਂਜੀ ਬੱਚਿਓ ਤੁਸੀਂ ਦੇਖ ਪਾ ਰਹੇ ਹੋਵੋਗੇ ਆਪਣੀ ਸਕਰੀਨ ਦੇ ਉੱਤੇ ਜਿਹੜੇ ਕੁਐਸਚਨ ਲੈ ਕੇ ਆਪਾਂ ਹਾਲੇ ਗੱਲ ਕੀਤੀ ਸੀ ਉਹਨਾਂ ਸਾਰਾ ਦਾ ਸੋਲੂਸ਼ਨ थोड़े सामने मैं किया जीरो पॉइंट सिक्स की गल की सी प्रोपर वे दे अगर राइटिंग से कोई इशू आ रहा होगा तो इस भी थोड़े क्वेश्चन लगे होने मिल जाएंगे जो तुम तो अपने नोट्स बना रहे होंगे तो जी इस वेल अपने नोट्स प्रिपेयर कर रहे होंगे एक्स इजल टू जीरो पॉइंट सिक्स सिक्स बार फस्टली क्वेन बन लिया होगा मल्टप्लाई किया होगा टैन ना तो यह क्वेश्चन सा बन गई ऑलरेडी एक्सप्लेन है तो सबडक्ट करना फर्स्ट नैकंड टेन एक्स के एक्स माइनस किया नाइन एक्स बचा सेक्स पॉइंट सिक्स माइनस करोंगे सिक्स बचा गया ठीक है अच्छे इसत बाद एक्स की वैल्यू कि आ गई साक्स बाय x ਵੈਲਿਊ ਕਿੰਨੀ ਆ ਗਈ 6/9 ਨਾਗੇ ਸੀ ਕਟਿੰਗ ਕਰਦੇ ਕਿੰਨਾ ਸੀਗਾ 2/3 ਸਿਮਿਲਰਲੀ 4.7 ਦੇ ਵਿੱਚ ਇੱਕ ਨੰਬਰ ਰਿਪੀਟ ਹੋ ਰਿਹਾ ਸੀਗਾ 10 ਨਾਲ ਮਲਟੀਪਲਾਈ ਕਰਕੇ ਇਕਵੇਸ਼ਨ ਬਣਾ ਲਈ ਆਫਟਰ 댓100 ਨਾਲ ਮਲਟੀਪਲਾਈ ਕਰਨਾ ਸੀਗਾ ਆਪਾਂ ਕਿਉਂਕਿ ਦੂਸਰਾ ਨੰਬਰ ਰਿਪੀਟ ਕਰ ਰਿਹਾ ਸੀਗਾ ਫਿਰ 100 ਦੇ ਵਿੱਚੋਂ ਸੈਕੰਡਰ ਦੇ ਵਿੱਚੋਂ ਸੈਕੰਡ ਨੂੰ ਕੀਤਾ ਸੀ ਮਾਈਨਸ 100x minus 10x 43 ਆ ਜਾ ਰਿਹਾ ਸੀਗਾ ਠੀਕ ਹੈ ਜੀ ਮਾਈਨਸ ਕੀਤਾ ਸੀਗਾ 43/90 ਹੁਣ ਜਿਹੜਾ ਲਾਸਟ ਨੰਬਰ ਸੀਗਾ ਹੁਣ ਤੁਸੀਂ ਇੱਥੇ ਦੇਖ ਪਾ ਰਹੇ ਹੋ ਇਹਦਾ ਮਤਲਬ ਕੀ ਹੈ 0.11 0.0001 0.0001 ਇਹ ਨੰ ਜ਼ੀਰੋਸ ਵਾਲੇ ਨੰਬਰ ਨਾਲ ਮਲਟੀਪਲਾਈ ਕਰਾਵਾਂਗੇ 1000 ਨਾਲ ਮਲਟੀਪਲਾਈ ਕਰਾਵਾਂਗੇ 1 2 3 ਪੁਆਇੰਟ ਕਾ ਇੱਕ ਡਿਜੀਟ ਅੱਗੇ ਜਾਏਗਾ ਯਾਨੀ ਇਹ ਸਾਡੇ ਕੋਲ ਬਣ ਜਾਏਗਾ ਓਕੇ ਹੋ ਗਿਆ ਸਰ ਹੁਣ ਬਾਅਦ ਸੈਕਿੰਡ ਦੇ ਵਿੱਚੋਂ ਫਸਟ ਨੂੰ ਮਾਈਨਸ ਕਰ ਲਵਾਂਗੇ 1000 ਦੇ ਵਿੱਚੋਂ x ਮਾਈਨਸ ਕਰਾਂਗੇ 1000 x ਇਹਦੇ ਵਿੱਚੋਂ ਇਹਨੂੰ ਕੀ ਕਰਤਾ ਮਾਈਨਸ ਕਿੰਨਾ ਆ ਗਿਆ ਸਾਡੇ ਕੋਲ 999 ਹੁਣ 1.001 ਦੇ ਵਿੱਚੋਂ ਮਾਈਨਸ ਕਰਾਂਗੇ 0.001 ਤਾਂ ਪੁਆਇੰਟ ਤੋਂ ਬਾਅਦ ਵਾਲੇ ਨੰਬਰ ਤਾਂ ਸਾਰੇ ਸੇਮ ਨੇ ਮਾਈਨਸ ਹੋਣਗੇ 1 ਚੋਂ 0 ਜਾਊਗਾ 1 ਬਚੇਗਾ ਤਾਂ x ਦੀ ਵੈਲਿਊ ਕਿੰਨੀ ਆ ਜਾਏਗੀ 1 by 999 होप थन वो चीज क्लियर हो गई होगी डना बच्चे चलो अब नेक्स्ट क्वेश्चन पर अपन मूव कर रहे हैं कि ਤੁਹਾਨੂੰ ਅਗਲਾ ਐਕਸਪਲੇਨ ਕਰ ਰਹੇ ਹਾਂ ਉਸ ਤੋਂ ਬਾਅਦ ਤੁਹਾਡੀ ਗੱਲ ਕਰਾਂਗੇ ਕਾਪੀ ਦੇ ਉੱਤੇ ਵੀ ਤੁਹਾਨੂੰ ਦਿਖਾ ਦੂੰਗਾ ਕਿ ਫੇਅਰ ਨੋਟਸ ਦੇ ਉੱਤੇ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਨੋਟ ਕਰ ਰਹੇ ਹੋਗੇ ਪਹਿਲਾਂ ਇੱਕ ਵਾਰ ਤੁਹਾਨੂੰ ਉਸ ਦਾ ਪੂਰਾ ਐਕਸਪਲੇਨੇਸ਼ਨ ਦੇ ਰਹੇ ਹਾਂ ਠੀਕ ਹੈ ਉੱਚੇ ਚਲੋ ਸਟਾਰਟ ਕਰਦੇ ਹਾਂ ਉਹਦੇ ਵਿੱਚ ਹਾਂਜੀ ਜੀ आगे हुआ बच्चे साढ़े कोवेशन नंबर फोर्थ हूँ बारे पहले तुम्हें एक्सप्लेनेशन दे रहे हैं जो आप हूं तक पे पढ़के आए हैं सेम टू सेम से ही चीज़ है कोई ए डिफरेंट होक्सप्रेस पॉइंट नाइन 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 इन पी ओप ऑन के फोर्म पी ओ ऑन केव दॉम्देव लिखना यानी जीरो पॉइंट नाइन 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 हूँ तुम्हें एक देख रहे हो गए एक नंबर है जो uh, नाइन तो बार बार रिपीट हो रहा है तो एक नंबर फर्स्ट है मल्टई करूंगी जो बच्चे एक नंबर रिपीट हो रहा है तो टैन मल्टप्लाई करोंगी टेन एक्स आ जाएगा पॉइंट जाएगा यानी नाइन पॉइंट नाइन 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 एक क्वेश्चन बनूगी ठीक है इंग्लिश नहीं लिख सिंपली ਸੈਕੰਡਰ ਦੇ ਵਿੱਚੋਂ ਫਸ ਨੂੰ ਮਾਈਨਸ ਕਰਾਂਗੇ 10x ਦੇ ਵਿੱਚੋਂ 1x ਮਾਈਨਸ ਕਰਾਂਗੇ ਬਚੇ ਕਿੰਨਾ ਆ ਜਾਏਗਾ 9x ਬਚੇਗਾ ਹੁਣ 9 ਦੇ ਵਿੱਚੋਂ ਇਹਦੇ ਵਿੱਚ ਮਾਈਨਸ ਕਰਾਂਗੇ 9 9 ki, 9 ਤਾਂ ਸਾਰੇ ਡਿਲੀਟ ਹੋ ਜਾਣਗੇ 9 ਦੇ ਵਿੱਚ 0 ਜਾਏਗਾ ਕਿੰਨਾ ਬਚੇਗਾ 9 ਰੁਚੇਗਾ x 0 ਕਿੰਨਾ ਆਏਗਾ 9/9 which is 1 x ਕਿੰਨਾ ਆ ਗਿਆ ਬੰਨ ਗਿਆ ਉਹਨਾਂ ਨੇ ਇਹ ਕਿਹਾ ਸੀਗਾ ਐਕਸਪ੍ਰੈਸ਼ਨ p/q form p/q ਦੀ ਫਾਰਮ ਚ ਹੋ ਗਿਆ 1 ਦੇ ਹੇਠੇ ਕੁਝ ਨਹੀਂ ਤਾਂ 1 ਲਗਾ ਲਾਂਗੇ p/q ਬਣ ਗਈ ਕਿੰਨਾ ਆ ਰਿਹਾ ਹੈ ਸਰਪ੍ਰਾਈਜ਼ ਬਾਇ ਯੋਰ ਅਨਸਰ ਕਹਿੰਦਾ ਆਪਣੇ ਅਨਸਰ ਨਾਲ ਸਰਪ੍ਰਾਈਜ਼ ਕੁਸਚਨ ਦਾ ਸੀਗਾ 0.11 0.999 ਪਰ ਅਨਸਰ ਕਿੰਨਾ ਆ ਗਿਆ योर टीचर एंड में डिस्कस बाय द आंसर मेक सेंस कि अपने टीचर ना डिस्कस करो आंसर मैन सेंस क्यों कर रहे हैं बच्चे एक चीज तुम्हें तो सोच के देखो कोई चीज है जीरो पॉइंट नाइन 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 जी चीज़ आह चीज़ है ये अप्रॉक्सिमेटली कि करीब है अप्रोसीमेटली वाणी नहीं है जोर पॉइंट नाइन 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 ਲਗਭਗ ਕਿਤੇ ਕੋਲ ਹੈ 9 ਦੇ ਕਰੀਬ ਮੈਂ 8th ਕਲਾਸ ਦੇ ਵਿੱਚ ਪੜ੍ਹਦੇ ਸੀਗੇ ਕਿਸੇ ਨੰਬਰ ਨੂੰ ਡਿਵਾਈਡ ਕਰਨ ਤੋਂ ਬਾਅਦ ਮੰਨ ਲਓ 0.437 ਆ ਰਿਹਾ ਹੋਵੇ ਆਪਾਂ ਜਾਣਦੇ ਆਂ ਕਿ ਅਥੇ 7 ਆ ਤਾਂ ਅੱਖ ਵਾਲੇ ਨੰਬਰ ਨੂੰ ਇਸ ਤੋਂ ਪਹਿਲੇ ਵਾਲੇ ਇੱਕ ਨੰਬਰ ਨੂੰ ਆਪਾਂ ਕੀ ਕਰ ਦਿੰਦੇ ਸੀਗੇ ਰਾਉਂਡ ਆਫ ਕਰਕੇ 0.44 ਲਿਖ ਲੈਂਦੇ ਸੀਗੇ ਇਟ ਮੇਕਸ ਦਾ ਸੈਂਸ ਹੈ ਨਾ ਕਿ ਹਾਂ ਵੀ 0.437 ਅਪਰੋਕਸੀਮੇਟ 0.4 ਦੇ ਕਰੀਬ ਹੈ ਹੈ ਨਾ ਤਾਂ ਸਿਮਿਲਰ ਰੀਜ਼ 0.999 ਅਪਰੋਕਸੀਮੇਟਲੀ ਕਿਤੇ ਕੋਲ ਹੀ ਹੁੰਦਾ 1 ਦੇ ਕੋਲ ਹੀ ਹੁੰਦਾ ਇਸ ਲਈ ਇਹਦਾ ਆਨਸਰ 1 ਹੀ ਆਉਂਦਾ ਉਹ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਗਿਆ ਹੋਊਗਾ ਮੂਵ ਕਰਾਂਗੇ ਆਪ वट कैन द मैक्सीम नंबर ऑफ डिजिट बी इन द रिपीटिंग ब्लॉक ऑफ दिस इन द डैक्म एक्सपेंशन ऑफ दिस हम बच्चे पुछ रहे हैं मैक्सिमम नंबर ऑफ डिजिट कि होंगे इन द रिपीटिंग ब्लॉक ऑफ द डिजिट इन द डैसम एक्सपेंशन ऑफ वन अपॉइंट तो जस्ट कुछ नहीं करना बच्चे वन अंदर रखना सैवटी न डिवाइड करना तो पॉइंट लो कि आजा जीरो आ जाएगा नंबर छोटा हो रहा है एक जीरो हो रहेगी एक जीरो हो रहा जाएगी ठीक है बच्चे सैवटीन फाइव सा एट्टी फाइव आएगा फाइव के जाएगा बहुत लंबी डिवाइड है ना इस चीज़ को ट्राई करना मैं थोड़ा शो कर रहा हूँ ਹਾਂਜੀ ਪਹਿਲਾਂ ਆ ਦੇਖ ਲਓ 0.9 ਵਾਲਾ ਕੁਸ਼ਚਨ ਆਪਾਂ ਹੁਣੇ ਡਿਸਕਸ ਕਰਕੇ ਆਏ ਹਾਂ ਤੁਹਾਡੀ ਸਕਰੀਨ ਦੇ ਉੱਤੇ ਲੱਗ ਚੁੱਕਿਆ ਹੈ ਉੱਥੇ ਤੁਸੀਂ ਐਕਸਪਲੇਨ ਕਰ ਰਹੇ ਹਾਂ ਨੋਟ ਕਿਵੇਂ ਕਰਨੇ ਹੋਗੇ ਇਹ ਤੁਹਾਡੇ ਲਈ ਨੋਟ ਲਈ ਲਗਾ ਦਿੱਤਾ ਹੁਣ ਆਪਾਂ ਸਿੱਧਾ ਜਿਹੜੇ 171 100 ਸੀਗਾ ਪੁਆਇੰਟ ਤੋਂ ਬਾਅਦ 0 ਲੈ ਲਈ ਸੀ ਕਿ 85 ਕਿੰਨੇ ਜਾਏਗਾ 5 ਤੇ ਉਸ ਤੋਂ ਬਾਅਦ ਮਾਈਨਸ ਕਰੋਂਗੇ 150 ਆ ਜਾਏਗਾ 136 ਆੰਦਾ ਬੱਚੇ ਕਿੰਨੇ ਤੇ 8 ਤੇ ਆੰਦਾ ਜਸਟ ਇ ਸਿੰਪਲ ਇੱਕ ਡਿਵੀਜ਼ਨ ਦਿੱਤੀ ਹੋਈ ਹੈ ਸਾਰਨ ਜਿਸ ਨੂੰ ਖੁੱਰੀ ਡਿਵਾਈਡ ਕਰ ਲਓਗੇ ਕੋਈ ਐਡਾ ਔਖਾ ਕੰਮ ਨਹੀਂ ਹੈਗਾ ਜਿਹੜਾ ਡਿਵਾਈਡ ਕਰਨ ਦੇ ਉੱਤੇ ਆਪਾਂ ਜ਼ਿਆਦਾ ਥੜ ਟੈਪ ਦੇ ਵਿੱਚ ਪ੍ਰੋਬਲਮ ਆਦੀ ਹੈ ਫਿਰ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਟ ਅਦਰਵਾਈਜ਼ ਈਜ਼ੀ ਜਿਹਾ ਡਿਵਾਈਡ ਹੈ ਕੋਈ ਇਹ ਨਾ ਉਖੜ ਡਾਈ ਨਹੀਂ ਸਾਰੇ ਡਿਵਾਈਡ ਤੁਸੀਂ ਪਰ ਚੈੱਕ ਕਰ ਸਕਦੇ ਹੋ ਲੰਮੀ ਡਿਵਾਈਡ ਜਾਏਗੀ ਜੇ ਤੁਸੀਂ ਕਾਪੀ ਦੇ ਉੱਤੇ ਆਪਣੇ ਫੇਅਰ ਨੋਟਸ ਬਣਾ ਰਹੇ ਹੋਗੇ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ 6 ਸੈਕਿੰਡ ਠੀਕ ਹੈ ਬੱਚੇ ਹੋਪ ਤੁਸੀਂ ਹੁਣ ਤੱਕ ਨੋਟ ਕਰ ਲਿਆ ਹੋਗਾ ਹੁਣ ਇੱਕ ਚੀਜ਼ ਤੁਸੀਂ ਆ ਦੇਖੋ ਆ ਜਿਹੜਾ ਕੰਮ ਡਿਵਾਈਡ ਦਾ ਕੰਮ ਸਟਾਰਟ ਕਰਿਆ ਸੀ ਕਿ ਕਿਤੋਂ ਕਰਿਆ ਸੀਗਾ 1 ਤੋਂ ਸਟਾਰਟ ਕਰਿਆ ਸੀਗਾ ਨਾ ਯਾਦ ਹੋਊਗਾ 1/17 ਜੀ ਦਾ ਹੁਣ ਆਪਾਂ ਛੱਡਣਾ ਕਰੂਗਾ ਰਿਪੀਟਿੰਗ ਆਪਾਂ ਦੇਖਣਾ ਸੀ ਕਿ ਕਿਨੇ ਨੰਬਰ ਬਾਅਦ ਰਿਪੀਟ ਹੋ ਰਿਹਾ ਹੈ ਜਦੋਂ ਆਪਾਂ ਦੇਖਦੇ ਗਏ ਦੇਖਦੇ ਗਏ ਰਿਮੇਂਡਰ ਦੇ ਵਿੱਚ ਕੀ ਆਣਾ ਸਟਾਰਟ ਹੋ ਗਿਆ 1 ਆ ਗਿਆ ਜਦੋਂ ਰਿਮੇਂਡਰ ਤੋਂ 1 ਆ ਗਿਆ ਯਾਨੀ ਹੁਣ ਫੇਰ ਉਹੀ ਕੰਮ ਸਟਾਰਟ ਹੋਣਾ ਹੈ 0.00085 ਤੋਂ ਵਾਲਾ ਕੰਮ ਸਟਾਰਟ ਹੋਣਾ ਹੈ ਤਾਂ ਉੱਥੇ ਜਾ ਕੇ ਆਪਾਂ ਇਹਨੂੰ ਛੱਡਿਆ ਜਦੋਂ ਸਾਰੇ 16 ਦੇ 16 ਨੰਬਰ ਰਿਪੀਟ ਹੋ ਰਹੇ ਹੋਣਗੇ ਤਾਂ ਕੁਐਸਚਨ ਦੇ ਵਿੱਚ ਮੈਕਸਿਮ ਨੰਬਰ ਆਫ ਡਿਜੀਟ ਇਨ ਰਿਪੀਟਿੰਗ ਬਲੌਕ ਆਫ 1/17 ਕਿੰਨੇ ਨੇ 16 ਨੰਬਰ ਕੀ ਹੋ ਰਹੇ ਹੋਏ ਨੇ ਆਪਣੇ ਆਪ ਰਿਪੀਟ ਹੋ ਰਹੇ ਨੇ ਹੋਪ ਤੁਹਾਨੂੰ ਇਹ ਚੀਜ਼ ਬਿਲਕੁਲ ਕਲੀਅਰ ਹੋ ਗਈ ਹੋਏਗੀ ਹੈਨਾ ਬੱਚੇ ਈਜ਼ੀ ਸੀਗਾ ਡਿਵਾਈਡ ਜਸਟ ਇੱਕ ਡਿਵਾਈਡ ਸੀਗੀ ਮੂਵ ਕਰ ਰਹੇ ਆਪ ਆਪਣੇ ਨੈਕਸਟ ਕੁਐਸਚਨ ਦੇ ਵੱਲ ਹਮ ਨੈਕਸਟ ਕੁਐਸਚਨ ਆ ਲੁੱਕ ਐਟ ਦਾ ਸੈਵਰਲ ਐਗਜ਼ਾਮਪਲ ਆਫ ਰੈਸ਼ੀਨਲ ਨੰਬਰ ਇਨ ਦਾ ਫਾਰਮ ਆਫ ਪੀ ਅਪਨ ਕਿਉ ਵੇਅਰ ਪੀ ਐਂਡ ਕਿਉ ਆਰ integers with common no common factor other than 1 and having terminating decimal expansion can you guess the property of q theek hai bachche aandi bachche apan dassna kenda rational number di kuch example ho jo p upon q de vich form hon jida common factor 1 to alawa kuch na hove te jehdi decimal expansion hove terminating ho for example kenda ho ga matlab ki hai for example p upon q number hona chahida yani 5 upon 2 le leya with no common factor yani kisi same table te nahi aana chahide jisme 5 to 2 टेम टेबल no one. One तो कुछ नहीं आए कॉमन फैक्टर नो कॉमन फैक्टर अदर दैन वन वन तो कोई कॉमन फैक्टर नहीं है और एग्जाम्पल ले लो इज सेवन अपॉन एट चैक करो है ना उस बाद थर्टीन पॉइंट ट्वेंटी फाइव ले लो कुछ भी ले लो बड़ा बरेटिज है ना इसमें तो मैं से लिखा है सेवन पॉइंट एट ठीक ਕਹਿੰਦਾ ਇਹ ਕੁਝ ਐਗਜ਼ਾਮਪਲ ਲੈ ਲੀਆਂ ਟਰਮੀਨੇਟਿੰਗ ਹੋਣਾ ਚਾਹੀਦਾ ਹੁਣ ਦੇਖੋ ਮੈਂ ਆਜਰੇ ਨੰਬਰ ਲਿਖਿਆ ਨਾ ਡੈਸੀਮਲ ਐਕਸਪੈਂਸ਼ਨ ਟਰਮੀਨੇਟਿੰਗ ਹੈ ਮੈਨੂੰ ਕਿਵੇਂ ਪਤਾ ਲੱਗਾ ਟਰਮੀਨੇਟਿੰਗ ਹੈ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਕੈਨ ਯੂ ਗੈਸ ਦਾ ਪ੍ਰੋਪਰਟੀ ਆਫ ਕਯੂ ਕਹਿੰਦਾ ਕਯੂ ਦੀ ਤੁਸੀਂ ਪ੍ਰੋਪਰਟੀ ਫਿਰ ਗੈਸ ਕਰਨੀ ਹੈ ਕਯੂ ਯਾਨੀ ਆ ਨੀਚਾ ਆ ਨੰਬਰ a ਪੀ अपॉन ਕਯੂ ਦੀ ਫਾਰਮ ਦੇ ਵਿੱਚ ਨੇ ਟਰਮੀਨੇਟਿੰਗ ਕਹਿੰਦੇ ਨੰਬਰ ਦੇ ਕੁਝ ਐਗਜ਼ਾਮਪਲ ਲਓ ਤੇ ਕਯੂ ਦੀ ਫਿਰ ਪ੍ਰੋਪਰਟੀ ਬਾਰੇ ਗੈਸ ਕਰੋ ਕਿ ਕਯੂ ਦੇ ਵਿੱਚ ਆਹ ਜੀ ਕੀ ਪ੍ਰੋਪਰਟੀ ਸੀਗੀ ਕਿ ਜਿਹਦੇ ਕਰਕੇ ਇਹ ਆਇਆ ਮੈਂ ਇੱਕ ਐਗਜ਼ਾਮਪਲ ਹੋ ਲੈਣਾ ਲੈਟ ਇੱਕ ਸ਼ੋ ਕਰੀ ਸੀ ਕਿ ਹਾਲੀ ਤੁਹਾਨੂੰ ਯਾਦ ਹੋਈਗੀ ਹੈ ਨਾ ਐਵੇਂ ਦੇਖੋ ਜਿਹੜਾ ਮੈਨ ਅਸਲ ਵਿੱਚ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਵਾਲੀ ਫਾਰਮ ਸੀਗੀ ਜਿਹੜਾ ਕਿਉਂ ਹੁੰਦਾ ਕਿਵੇਂ ਹਮੇਸ਼ਾ ਕਿਸ ਫਾਰਮ ਦੇ ਵਿੱਚ ਹੁੰਦਾ 2 ਦੀ ਪਾਵਰ m 5 ਦੀ ਪਾਵਰ m ਦੇ ਵਿੱਚ ਹੋਊਗਾ ਹਮੇਸ਼ਾ 2 5 ਦੀ ਪਾਵਰ m ਉਹਨਾਂ ਕੁਐਸਚਨ ਦਿਖਾ ਰਿਹਾ ਤੁਹਾਨੂੰ ਕੁਐਸਚਨ ਦੇ ਵਿੱਚ ਤੁਸੀਂ ਦੇਖਿਓ ਕਿ ਕਿਵੇਂ 2 5 ਦੀ ਪਾਵਰ m ਵਾਲੇ ਹੀ ਨੰਬਰ ਹਮੇਸ਼ਾ ਟਰਮੀਨੇਟਿੰਗ ਹੁੰਦੇ ਨੇ 16 ਮਿੰਟ ਦੀ ਵੀਡੀਓ ਹੋ ਗਈ ਠੀਕ ਹੈ ਦੇਖੋ ਜੀ 5 ਨੂੰ 2 ਨਾਲ ਡਿਵਾਈਡ ਕਰਾਂਗੇ ਕਿੰਨਾ ਦੇਗਾ ਫੋਰਾ ਦੇਗਾ ਬਚੇਗਾ ਕਿੰਨਾ 1.5 ਲੱਗ ਚੁੱਕੀ 0 10 ਆਜੂਗਾ ਕਿੰਨੇ ਤੇ 5 ਤੇ ਠੀਕ ਹੈ ਕਿਨਾਰਾ 2.5 ਰਿਮੇਂਡਰ ਕਿੰਨਾ ਬਚਿਆ 0 ਡਿਨੋਮੀਨੇਟਰ ਚ ਕਿੰਸੀ 2 ਸੀ ਠੀਕ ਹੈ ਅੱਗੇ 7.8 ਦੀ ਗੱਲ ਕਰਦੇ ਹਾਂ ਪੁਆਇੰਟ ਲਗਾਉਗੇ ਜ਼ੀਰੋ ਆ ਜਾਏਗਾ 88 8 एट, एट फूर, फूर 64 ਫੋਰ ਤੇ ਜਸਟ ਡਿਵਾਈਡ ਕਰ ਰਹੇ ਹਾਂ ਹੋਰ ਕੁਝ ਨਹੀਂ ਆਪੇ 64 ਬਚੇਗਾ ਕਿੰਨਾ 6 ਪੁਆਇੰਟ ਲਗਾਇਆ 60 ਆ ਜਾਏਗਾ 56 ਆ ਜਾਏਗਾ ਤੁਹਾਡੇ ਕੋਲ ਕਿੰਨੇ ਤੇ 7 ਤੇ ਬਚੇਗਾ ਕਿੰਨਾ 4 ਬਚੇਗਾ ਪੁਆਇੰਟ ਲਗੇ ਜ਼ੀਰੋ ਆ ਜਾਏਗੀ 40 ਆ ਜਾਏਗਾ ਕਿੰਨੇ 5 ਤੇ ਅਗੇਨ ਰਿਮਿੰਡਰ ਜ਼ੀਰੋ ਆ ਗਿਆ ਕਿੰਨਾ ਸੀਗਾ 28 ਸੀਗਾ ਤੇ a2 ਆਪਾਂ ਕੀ ਲਿਖ ਸਕਦੇ ਹਾਂ 2 ਦੀ ਕਯੂ ਲਿਖ ਸਕਦੇ ਹਾਂ ਸਿਮਿਲਰਲੀ 25 ਵਾਲੇ ਦਾ 10 ਨੂੰ ਵੀ ਤਾਂ ਤੁਸੀਂ ਡਾਇਰੈਕਟ ਲੈ ਲਓਗੇ 0.7 ਬਾਰ 0.7 ਆਏਗਾ ਤੇ ਬਾਰ ਤਾਂ 10 ਦੇ ਵਿੱਚ ਇਹੋ ਜਿਹਾ ਕੀ ਸੀਗਾ 10 ਨੂੰ ਆਪਾਂ ਪ੍ਰਾਈਮ ਫੈਕਟਰ ਲਿਖ ਸਕਦੇ ਹਾਂ 2 5 ਹੁਣ ਉਹਨੇ ਪੁੱਛਿਆ ਕਿ Q ਬਾਰੇ ਇੱਕ ਪ੍ਰੋਪਰਟੀ ਕੈਸ ਕਰਨੀ ਹੈ ਬੱਚੇ ਅਗਰ ਕੋਈ ਵੀ ਨੰਬਰ ਟਰਮੀਨੇਟਿੰਗ ਹੈ ਬਹੁਤ ਧਿਆਨ ਨਾਲ ਮੇਰੀ ਗੱਲ ਸੁਣਨਾ ਅਗਰ ਕੋਈ ਵੀ ਨੰਬਰ ਟਰਮੀਨੇਟਿੰਗ ਹੈ ਸਾਨੂੰ ਬਿਨਾਂ ਦੇਖੇ ਕਿਵੇਂ ਪਤਾ ਲੱਗੂਗਾ ਕਿ ਉਹਦਾ ਰਿਮਿੰਡਰ 0 ਆਊਗਾ ਜਸਟ ਆਪਾਂ Q ਦੇਖਣਾ ਹੈ ਅਗਰ Q 2 ਦੀ ਪਾਵਰ ਦੇ ਵਿੱਚ ਕੁਝ ਐਂਡ ਇੰਟੂ 5 ਦੀ ਪਾਵਰ ਦੇ ਕੁਝ ਹੈ ਪਾਵਰ ਦੇ ਵਿੱਚ ਕੁਝ ਵੀ ਆ ਸਕਦਾ ਐਮ ਐਂਡ ਐਨ ਦਾ ਹੂਲ ਨੰਬਰ ਹੂਲ ਨੰਬਰ ਐਮ ਐਂਡ ਐਨ ਆਰ ਹੋਲ ਨੰਬਰ ਐਮਟੀਐਨ ਸਾਡੇ ਕੀ ਹੋਣਗੇ ਹੋਲ ਨੰਬਰ ਹੋਣਗੇ ਕਿਹੜੇ ਨੰਬਰ ਹੋਲ ਨੰਬਰ ਹੋਲ ਨੰਬਰ ਕਿਹੜੇ ਹੁੰਦੇ ਜਿਹੜੇ 0 ਤੋਂ ਸਟਾਰਟ ਹੁੰਦੇ ਨੇ ਅਗਰ 2 ਦੀ ਪਾਵਰ ਇਕੱਲਾ 2 ਦੀ ਪਾਵਰ ਦੇ ਵਿੱਚ ਹੈ ਤਾਂ ਵੀ ਟਰਮੀਨੇਟਿੰਗ ਹੈ ਨਾ ਇਕੱਲਾ 5 ਦੀ ਪਾਵਰ ਜਿਵੇਂ 5 ਦਾ ਸਕੇਅਰ ਬਣੇਗਾ ਤਾਂ ਵੀ ਨੰਬਰ ਕੀ ਹੈ ਅਗਰ ਟਰਮੀਨੇਟਿੰਗ 2 ਤੇ 5 ਦੋਨੋਂ ਆ ਜਾਣ 2 ਦੀ ਪਾਵਰ ਕੁਝ ਵੀ ਹੋਵੇ ਮੰਨ 2 ਦਾ ਸਕੁਅਰ ਹੈ 5 ਕਰ ਲੈ ਕੋਈ ਦਿੱਕਤ ਨਹੀਂ ਹੈ ਸਾਨੂੰ ਕੋਈ ਟੈਂਸ਼ਨ ਨਹੀਂ ਹੈ ਅਗਰ 2 ਤੇ 5 ਡਿਨੋਮੀਨੇਟਰ ਤੇ ਇੱਕ ਗਿਆ ਨਾ ਤਾਂ ਪੱਕਾ ਪੱਕਾ ਸ਼ੋਰ ਹੈ ਕਿ ਜਿਹੜਾ ਡੈਸੀਮਲ ਐਕਸਪੈਂਸ਼ਨ ਹੋਗਾ ਉਹ ਹਮੇਸ਼ਾ ਕੀ ਹੋਏਗਾ ਟਰਮੀਨੇਟਿੰਗ ਹੋਏਗਾ ਠੀਕ ਹੈ ਬੱਚੇ ਉਹਨੇ ਕਹਿ ਆ ਸੀਗਾ ਕੁਝ ਐਗਜ਼ਾਮਪਲ ਲੈਣੀਆਂ ਨੇ ਆ ਐਗਜ਼ਾਮਪਲ ਹੈਗੇ ਡਿਵਾਈਡ ਕਰਕੇ ਪਾਸ ਸ਼ੋਅ ਕਰ ਸਕਦੇ ਹਾਂ ਕਿ ਉਹਦੀ ਪ੍ਰੋਪਰਟੀ ਬਾਰੇ ਲਿਖ ਸਕਦੇ ਹਾਂ ਕਿਉ ਕੈਨ ਬੀ ਦਾ ਪਾਵਰ ਕਿਉ ਕੈਨ ਬੀ ਇਨ ਦਾ ਫਾਰਮ ਆਫ 2 ਪਾਵਰ m ਇਨ 2 5 ਪਾਵਰ n ਹੋਪ ਤੁਹਾਨੂੰ ਇਹ ਨਹੀਂ ਚੀਜ਼ ਕਲੀਅਰ ਹੋ ਗਈ ਹੋਗੀ ਹੈਨਾ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਗੀ ਤੇ ਇਹਦੀ ਇੱਕ ਵਾਰ ਇਹ ਸਾਡੀ ਡਿਵੀਜ਼ਨ ਵਾਲਾ ਕੁਸ਼ਨ ਹੋ ਗਿਆ ਸੀਗਾ ਉਸ ਤੋਂ ਬਾਅਦ ਲੁੱਕ ਐਟ ਦ ਸੈਕੰਡ ਐਗਜ਼ਾਮਪਲ ਜਿਵੇਂ 5/2 7/5 7/8 ਦਿਸ इवन टू से 7/10 ਵੀ ਲਿਖ ਸਕਦੇ ਹਾਂ ਕੁਝ ਐਗਜ਼ਾਮਪਲ ਦੇ ਵਿੱਚ ਕਿਉ ਮਸਟ ਬੀ ਅ ਅ ਇੱਥੇ ਆ ਲਿਖਿਓ ਕਿਉ ਮਸਟ ਬੀ ਇਥੇ ਨੇ ਥੋੜਾ ਜਿਹਾ ਇਹਨੂੰ ਇਹਨੂੰ ਸੈੱਟ ਕਰ ਲਿਓ ਇਨਟੂ ਇੱਥੇ ਪਾਵਰ ਆਫ n ਕਿਉ ਮਸਟ ਬੀ ਇਨ ਇੱਥੇ ਲਿਖਣਾ ਕਿਉ ਮਸਟ ਬੀ ਇਨ ਫਾਰਮ ਆਫ 2 ਪਾਵਰ n 5 ਪਾਵਰ n ਕਿਉ ਸਿਰਫ ਇਸੇ ਫਾਰਮ ਦੇ ਵਿੱਚ ਹੋਊਗਾ 2 ਦੀ ਪਾਵਰ n 5 ਦੀ ਪਾਵਰ n ਵੇਅਰ m n ਐਨ ਆਰ ਪੋਜ਼ਿਟਿਵ mn and r पॉजिटिव इंटीजर्स लिख सकते हो इंक्लूडिंग जीरो या फिर mn and r होल नंबर mn and r होल नंबर आज का मतलब थोनो इनियां चीज क्लियर हो गई होंगी फिलहाल के लिए आप भी तुम इन चीज को अपना पूरा रिवाइज करो हर एक चीज को क्लियर करो और नेक्स्ट वीडियो के बीच थोनो इस दे नेक्स्ट पार्ट में सॉल्व कराऊंगा पर उससे पहले आज का क्वेश्चन ਹਾਂਜੀ ਬੱਚੇ ਅੱਜ ਦੇ ਜਿਹੜੇ ਸਾਡੇ ਕੁਐਸਚਨ ਹੋਣਗੇ ਜਿਹੜਾ ਤੁਸੀਂ ਹੋਮਵਰਕ ਕਰਕੇ ਲੈਣਾ ਜਿੱਦ ਤੱਕ ਕੱਲ ਨੈਕਸਟ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਠੀਕ ਹੈ ਬਿਟਵੀਨ ਟੂ ਡਿਸਟਿੰਗਟ ਨੰਬਰ देयर ਆਰ ਡੈਸ਼ ਰੈਸ਼ਨਲ ਨੰਬਰ ਇਹ ਤੁਹਾਡਾ ਫਸਟ ਕੁਐਸਚਨ ਹੈ ਇਹ ਸਾਰੇ ਕੁਐਸਚਨ ਆਪਾਂ ਅਗਲੀ ਇਸ ਡਿਸਕਸ ਕਰਾਂਗੇ ਇਹ ਸਾਰੇ ਤੁਹਾਡੇ ਕੀ ਨੇ ਹੋਮਵਰਕ ਇਹ ਸਾਰੇ ਤੁਹਾਡੇ ਕੀ ਨੇ ਹੋਮਵਰਕ ਕੁਐਸਚਨ ਹੋਣਗੇ ਇਹਨਾਂ ਸਭ ਨੂੰ ਤੁਸੀਂ ਟਰਾਈ ਕਰਨਾ ਬਿਟਵੀਨ ਟੂ ਡਿਸਟਿੰਗਟ ਰੈਸ਼ਨਲ ਨੰਬਰ देयर ਲਾਈ ਡੈਸ਼ ਰੈਸ਼ਨਲ ਨੰਬਰ ਦ ਸਮ ਐਂਡ ਡਿਫਰੈਂਸ ਆਫ ਰੈਸ਼ਨਲ ਐਂਡ ਇਰੈਸ਼ਨਲ ਨੰਬਰ ਇਜ਼ ਆਲਵੇ ਡੈਸ਼ ਨੰ ਆਪਾਂ ਇਹਨੂੰ ਆਰਾਮ ਨਾਲ ਸੋਚੋ ਆਨਸਰ ਕਰਨਾ ਕਮੈਂਟ ਦੇ ਵਿੱਚ ਸਾਰੇ ਜਣੇ ਨੂੰ ਮੈਂਸ਼ਨ ਕਰਕੇ ਜਾਣਾ ਠੀਕ ਹੈ ਕੱਲ ਆਪਾਂ ਜਦੋਂ ਨੈਕਸਟ ਕੁਐਸਚਨ ਆਪਾਂ ਸਟਾਰਟ ਕਰਾਂਗੇ ਉਹਦੇ ਵਿੱਚ ਸਭ ਤੋਂ ਬਿਹਤਰੀਨ ਡਿਸਕਸ ਕਰਾਂਗੇ ਜਿੰਨੇ ਵੀ ਐਕਸਟਰਾ ਕੁਐਸਚਨ ਹੁੰਦੇ ਨੇ ਇਹਨੂੰ ਤੁਸੀਂ ਆਪਣੀ ਨੋਟ ਕਾਪੀ ਦੇ ਕਾਪੀ ਦੇ ਵਿੱਚ ਫਿਰ ਨੋਟਬੁੱਕ ਦੇ ਵਿੱਚ ਨੋਟ ਕਰਕੇ ਰੱਖ ਸਕਦੇ ਹੋ ਤੁਹਾਡੇ ਆਉਣ ਵਾਲੇ ਪੇਪਰ ਦੇ ਵਿੱਚ ਕਾਫੀ ਹੈਲਪਫ ਰਹਿਣ ਵਾਲੇ ਕੁਐਸਚਨ ਨੇ ਠੀਕ ਹੈ ਤੁਹਾਨੂੰ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਦੇਖਣ ਨੂੰ ਜ਼ਰੂਰ ਮਿਲਣਗੇ ਚਲੋ ਮਿਲਦੇ ਹਾਂ ਫਿਰ ਆਪਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ